ਸ਼੍ਰੋਮਣੀ ਗੁਰਦਾਬ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹ ਚੁਕੇ ਜਥੇਦਾਰ ਗੁਰਚਰਨ ਸਿੰਘ ਟੋੜਾ ਜਿਨ੍ਹਾਂ ਨੂੰ ਪੰਥ ਰਤਨ ਵੀ ਆਖਿਆ ਜਾਂਦਾ ਉਹ ਕੀ ਚਾਹੁੰਦੇ ਸੀ ਕਿ ਸੈਂਟਰ ਦੇ ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਸ਼੍ਰੋਮਣੀ ਕਾਲੀ ਦਲ ਜੇ ਸਮਰਥਨ ਦਿੰਦਾ ਤੇ ਸ਼ਰਤਾਂ ਦੇ ਨਾਲ ਸਮਰਥਨ ਦਵੇ ਪਰ ਦੱਸਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਸ਼ਰਤ ਵਾਜਪਾਈ ਦੀ ਸਰਕਾਰ ਨੂੰ ਹਮਾਇਤ ਕਰ ਦਿੱਤੀ ਜਿਸ ਕਰਕੇ ਧਰਿਆ ਧਰਿਆ ਰਹਿ ਗਈਆਂ ਤੇ ਜਿਹੜੇ ਪੰਜਾਬ ਦੇ ਭੱਖ ਦੇ ਮਸਲੇ ਸੀ ਉਹ ਹਾਲੇ ਨਹੀਂ ਹੋਈ। ਕੀ ਜਦੋਂ ਸ਼੍ਰੀ ਅਟਲ ਬਿਆਰੀਵਾਸਪਾਈ ਦੀ ਸਰਕਾਰ ਬਣੀ ਸੀ ਤੇ ਉਸ ਵਜਾਰਤ ਦੇ ਵਿੱਚ ਦੋ ਕਾਲੀ ਦਲ ਦੇ ਮੰਤਰੀ ਬੰਨੇ ਸੀ ਇੱਕ ਸੁਖਦੇਵ ਸਿੰਘ ਢੀਂਡਸਾ ਤੇ ਦੂਜਾ ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਦਾ ਨਾਮ ਕੱਟ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸੁਭੀ ਸਿੰਘ ਬਾਦਲ ਦਾ ਨਾਮ ਪਵਾਇਆ ਸੀ ਤੇ ਇੱਕ ਹੋਰ ਨਵਾਂ ਪਹਿਲੂ ਕੀ ਜਥੇਦਾਰ ਗੁਰਚੰਦ ਸਿੰਘ ਟੋੜਾ ਵਾਕਈ ਪ੍ਰਕਾਸ਼ ਸਿੰਘ ਬਾਦਲ ਤੋਂ ਖਫਾ ਸਨ ਤੇ ਅੱਜ ਅਸੀਂ ਸਿਆਸੀ ਕਿਸੇ ਵਿੱਚ ਅਜਿਹੇ ਪਹਿਲੂਆਂ ਤੇ ਹੀ ਗੱਲਬਾਤ ਕਰਾਂਗੇ ਕਿ ਆਖਰ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ 1996 ਚ ਜਿਹੜੀ ਸ਼੍ਰੀ ਹਟਲ ਬਿਆਰੀ ਆਵਾਜ਼ ਪਾਈ ਦੀ ਅਗਵਾਈ ਚ ਬੜੀ ਸੈਂਟਰ ਸਰਕਾਰ ਤੇ ਜਿਹੜਾ ਬਿਨਾਂ ਸ਼ਰਤ ਹਮਾਇਤ ਦਿੱਤੀ ਉਹਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਕਹਿੰਦੇ ਨੇ ਕਿ ਜਦੋਂ ਸੈਂਟਰ ਦੇ ਨਾਲ ਕੋਈ ਵੀ ਮਸਲਿਆਂ ਤੇ ਗੱਲਬਾਤ ਕਰਨੀ ਆ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਬਤੌਰ ਪ੍ਰਧਾਨ ਹਮੇਸ਼ਾ ਜਿਥੇ ਦਾ ਗੁਰਚਨ ਸਿੰਘ ਟਵਾੜਾ ਨੂੰ ਇਹ ਕਹਿ ਕੇ ਹੱਥ ਨਾਲ ਲੈ ਕੇ ਚੱਲਦੇ ਸੀ ਕਿ ਜੇ ਜਾਵਾਂਗੇ ਤੇ ਇਕੱਠੇ ਜਾਵਾਂਗੇ ਉਸ ਮੀਟਿੰਗ ਦੇ ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਵੀ ਜਾਂਦੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਵੀ ਤੇ ਜਿਸ ਮੀਟਿੰਗ ਦੇ ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਜਾਂਦੇ ਸੀ ਇਕੱਠੇ ਉਹ ਮੀਟਿੰਗ ਦਾ ਕੋਈ ਹੱਲ ਨਹੀਂ ਸੀ ਨਿਕਲਦਾ ਕਿਉਂਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਹਮੇਸ਼ਾ ਪੰਥ ਖੇਤਾਂ ਦੀ ਗੱਲ ਕਰਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਸੀ ਕਿ ਤਾਂ ਜੋ ਪੰਜਾਬ ਦੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਸੈਂਟਰ ਪੱਧਰ ਤੇ ਪਿਛਲੇ ਕਈ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਪਹਿਲਾਂ ਉਹ ਹੱਲ ਕੀਤੀਆਂ ਜਣ ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਨਿਬੇੜ ਨਹੀਂ ਹੁੰਦੀ ਸੀ ਉਹ ਫਿਰ ਇਕੱਲੇ ਹੀ ਨਵੇੜ ਆਉਂਦੇ ਸੀ ਇਸ ਪਹਿਲੂ ਤੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਮਾਲਵਿੰਦਰ ਸਿੰਘ ਮਾਲੀ ਹੋਣਾ ਨੇ ਜਿਹੜੇ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਕਾਫੀ ਕਰੀਬੀ ਸਨ ਬਾਦਲ ਸਾਹਿਬ ਨੇ ਜਦੋਂ ਬਿਨਾਂ ਸ਼ਰਤ ਉਦੋਂ ਦਿੱਲੀ ਸੀ ਅਸੀਂ ਮੈਂ ਟੋੜਾ ਸਾਹਿਬ ਨਾਲ ਸੀ ਉਦੋਂ ਬਹੁਤ ਲੋੜ ਸੀ ਭਾਰਤੀ ਜਨਤਾ ਪਾਰਟੀ ਨੂੰ ਬਾਦਪੇ ਦੀ ਸਰਕਾਰ ਨੂੰ ਹਮਾਇਤ ਦੀ ਲੋੜਾ ਟੋੜਾ ਸਾਹਿਬ ਇਸ ਗੱਲ ਤੇ ਅੜੇ ਹੋਏ ਸੀ ਵੀ ਆਪਾਂ ਸ਼ਰਤਾਂ ਨਾਲ ਹਮਾਇਤ ਦੇਣੀ ਹੈ ਇਹਨਾਂ ਨੂੰ ਬਾਦਲ ਸਾਹਿਬ ਵੀ ਸਹਿਮਤ ਸੀ ਤੇ ਬਾਦਲ ਸਾਹਿਬ ਫਿਰ ਕਹਿੰਦਾ ਤੁਸੀਂ ਮੇਰੇ ਨਾਲ ਰਹੋ ਜੀ ਫਿਰ ਕੱਲ ਨੂੰ ਮੈਨੂੰ ਆਏ ਨਾ ਕਹਦੇ ਹੋ ਐਂ ਕਰਿਆ ਆ ਟੌੜਾ ਸਭ ਨਾਲ ਹੀ ਹੁੰਦੇ ਸੀ ਜੀ ਇਸੇ ਤਰ੍ਹਾਂ ਜਦੋਂ ਉੱਤਰਾਖੰਡ ਚ ਉਦਮ ਸਿੰਘ ਨਗਰ ਨਾਲ ਲਾਉਣ ਦਾ ਸਵਾਲ ਹੋਇਆ ਬਿਲਕੁਲ ਉਦੋਂ ਉਦੋਂ ਵੀ ਇਹੀ ਗੱਲ ਹੋਈ ਬਾਦਲ ਸਾਹਿਬ ਕਹਿੰਦੇ ਜੀ ਮੈਂ ਹੀ ਨਹੀਂ ਇਕੱਲਾ ਜਾਂਦਾ ਗੱਲ ਕਰਨ ਤੁਸੀਂ ਨਾਲ ਚੱਲੋ ਫਿਰ ਤੇ ਉੱਥੇ ਗੱਲ ਤਾਂ ਟੌੜਾ ਜਦੋਂ ਟੌੜਾ ਸਾਹਿਬ ਹੁੰਦੇ ਸੀ ਨਾਲ ਉਦੋਂ ਗੱਲ ਸਿਰੇ ਨਹੀਂ ਲੱਗਦੀ ਸੀ ਜਾਂ ਅੜਫਸ ਹੋ ਜਾਂਦੀ ਜਦੋਂ ਨਵੇੜ ਨਹੀਂ ਹੁੰਦੀ ਚੁੱਪਚੀ ਬੀਤੇ ਬਾਦਲ ਸਾਹਿਬ ਨਵੇੜੇ ਆਉਂਦੇ ਅਸੀਂ ਦਿੱਲੀ ਪੰਜਾਬ ਭਵਨ ਚ ਬੈਠੇ ਆ ਗੱਲ ਚੱਲ ਰਹੀ ਆ ਬਿਸ ਅਕਾਲੀਆਂ ਹਮਾਇਤ ਦੇਣੀ ਹੈ ਕਿ ਨਹੀਂ ਉਹਨਾਂ ਨੂੰ ਹਮਾਇਤ ਦੀ ਬਹੁਤ ਵੱਡੀ ਲੋੜ ਸੀ ਆ ਤਰਲੋਚਨ ਸਿੰਘ ਉਰੀ ਹੋਰ ਦੋ ਚਾਰ ਬੰਦੇ ਇਹਨਾਂ ਨੇ ਬਾਦਲ ਸਾਹਿਬ ਨਾਲ ਅੱਡਰਾਬਤਾ ਕੀਤਾ ਹੋਇਆ ਸੀ ਉਧਰ ਅੱਡਰਾਬਤਾ ਕੀਤਾ ਹੋਇਆ ਸੀ ਚਲੋ ਵਿੱਚ ਨਹੀਂ ਕਹਿੰਦੇ ਵੀ ਚਲੋ ਬਾਦਲ ਸਾਹਿਬ ਨੂੰ ਤੁਹਾਨੂੰ ਆਜ ਪਾਈ ਸਾਹਿਬ ਮਿਲਣਾ ਚਾਹੁੰਦੇ ਆ ਬਾਦਲ ਸਾਹਿਬ ਤੇ ਪੰਜਾਬ ਭਵਨ ਤੋਂ ਚਲੇ ਗਏ ਜੀ ਅਸੀਂ ਉੱਥੇ ਬੈਠੇ ਖਬਰ ਆ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਨਾਂ ਸ਼ਰਤ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਟੋੜਾ ਸਾਹਿਬ ਨੇ ਮੱਥੇ ਤੇ ਹੱਥ ਮਾਰਿਆ ਕਹਿੰਦੇ ਸਾਰੀ ਕੀਤੀ ਕਰਾਈ ਖੁਦ ਸਿੱਟਤੀ ਹੁਣ ਕਾਸ਼ੀਰਾਮ ਨੇ ਨਹੀਂ ਆਪਣੇ ਨਾਲ ਰਹਿਣਾ ਜੇ ਕਾਸ਼ੀਰਾਮ ਆਪਣੇ ਨਾਲ ਰਹੇ ਤਾਂ ਪੰਜਾਬ ਦੀ ਸਿਆਸਤ ਖਾਲਸਾ ਪੰਥ ਦੇ ਨੇੜੇ ਤੇੜੇ ਰੱਖਣ ਚ ਬਹੁਤ ਮਦਦ ਮਿਲੂ ਹੁਣ ਜਿਹੜੇ ਜਹਾਜ਼ ਚਾੜਤਾ ਬਾਦਲ ਸਾਹਿਬ ਨੇ ਇਧਰ ਪੰਥ ਦਾ ਕੁਝ ਨਹੀਂ ਬਣਨਾ ਬੜੇ ਗੁੱਸੇ ਚ ਸੀ ਟੌੜਾ ਸਾਹਿਬ ਜਦ ਸੈਂਟਰ ਦੇ ਵਿੱਚ ਸਰਕਾਰ ਬਣ ਜਾਂਦੀ ਹੈ ਸ਼੍ਰੀ ਹਟਲ ਬਿਹਾਰੀ ਵਾਜਪਾਈ ਦੀ ਅਗਵਾਈ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਬਿਨਾਂ ਸ਼ਰਤ ਹਮਾਇਤ ਕਰ ਦਿੰਦਾ ਹੈ ਜਿਸ ਕਰਕੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹਾਲਾਂਕਿ ਇਹ ਵੀ ਚਰਚਾ ਸੀ ਕਿ ਉਸ ਵਜ਼ਾਰਤ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਵਜ਼ਾਰਤ ਬਣ ਰਹੀ ਕਈ ਪਾਰਟੀਆਂ ਦੀ ਸਾਂਝੀ ਸਰਕਾਰ ਸੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਸ਼ਰਤ ਹਮਾਇਤ ਕੀਤੀ ਕਿ ਅਕਾਲੀ ਦਲ ਦੇ ਕੋਟੇ 'ਚੋਂ ਵਾਜਪਾਈ ਦੀ ਸਰਕਾਰ 'ਚ ਦੋ ਮੰਤਰੀ ਲੈਣੇ ਸੀ ਇੱਕ ਕੈਬਨਿਟ ਮੰਤਰੀ ਤੇ ਦੂਜੇ ਰਾਜ ਮੰਤਰੀ ਕੈਬਨਟ ਮੰਤਰੀ ਦਾ ਨਾਮ ਆ ਗਿਆ ਸੁਖਦੇਵ ਸਿੰਘ ਢੀਂਡਸਾ ਹੋਣਾ ਦਾ ਜਿਹੜੇ ਕੈਮੀਕਲ ਵਿਭਾਗ ਦੇ ਮੰਤਰੀ ਰਹੇ ਨੇ ਤੇ ਦੂਜਾ ਨਾਮ ਸੀ ਕਿ ਇਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਣਗੇ ਜਿਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਜਾਊਗਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪੂਰੀ ਤਿਆਰੀ ਕਰਦੇ ਕਿਉਂਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਗੁੱਟ ਦੇ ਵਿੱਚੋਂ ਸੀ ਪਰ ਐਨ ਮੌਕੇ ਪਤਾ ਲੱਗਦਾ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਗੁੱਟ ਦੀ ਨਹੀਂ ਚੱਲਦੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਮ ਕੱਟ ਕੇ ਸੁਬੀ ਸਿੰਘ ਬਾਦਲ ਹੋਣਾ ਨੂੰ ਸੈਂਟਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਜਿਸ ਕਰਕੇ ਜਥੇਦਾਰ ਗੁਰਚੰਦ ਸਿੰਘ ਟੋੜਾ ਕਾਫੀ ਖਫਾ ਹੋਏ ਜਿਹੜਾ ਦਿੱਲੀ ਦੇ ਵਿੱਚ ਸੌ ਚੁੱਕ ਸਮਾਗਮ ਹੁੰਦਾ ਉਸ ਸੌ ਚੁੱਕ ਸਮਾਗਮ ਦੇ ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਜ਼ਰੂਰ ਜਾਂਦੇ ਨੇ ਉੱਥੇ ਹਾਜ਼ਰੀ ਲਵਾਉਂਦੇ ਨੇ ਪਰ ਜਦੋਂ ਚਾਹ ਪਾਣੀ ਦੇ ਪ੍ਰੋਗਰਾਮ ਦੌਰਾਨ ਸਾਰੇ ਮੰਤਰੀ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਰਹੇ ਸੀ ਤਾਂ ਉਹ ਸਿੱਧੇ ਆਪਣੇ ਕਮਰੇ ਦੇ ਵਿੱਚ ਆ ਗਏ ਸੀ ਤੇ ਕਹਿੰਦੇ ਕਿ ਉਹ ਅਜਿਹੇ ਸ਼ਬਦ ਬੋਲੇ ਜਥੇਦਾਰ ਗੁਰਚੰਦ ਸਿੰਘ ਟੋੜਾ ਨੇ ਬਹੁਤ ਗੁੱਸੇ ਦੇ ਨਾਲ ਭਰੇ ਪੀਤੇ ਸੀ ਜਿਹੜੇ ਸ਼ਬਦ ਬੋਲੇ ਜਿਹੜੇ ਸ਼ਬਦਾਂ ਬਾਰੇ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਲੇਕਿਨ ਖਫਾ ਸਨ ਕਿ ਇਹ ਬਹੁਤ ਧੋਖਾ ਹੋ ਗਿਆ ੱਤਕਾ ਹੋ ਗਿਆ ਜਦ ਕਿ ਇਹ ਵੀ ਮਾਲਵਿੰਦਰ ਸਿੰਘ ਮਾਲੀ ਹੁਣੀ ਦੱਸਦੇ ਨੇ ਕਿ ਸ਼੍ਰੀ ਵਾਜਪਾਈ ਨੇ ਕਿਹਾ ਸੀ ਕਿ ਅਸੀਂ ਕੀ ਕਰ ਸਕਦੇ ਜਿਹੜਾ ਫੈਸਲਾ ਇਸ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਲਿਆ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਲਿਆ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਵਿਦੇਸ਼ ਵਿਖੇ ਆਪਣਾ ਇਲਾਜ ਕਰਵਾ ਰਹੇ ਸੀ ਉਹਨਾਂ ਇਹ ਵੀ ਕਿਹਾ ਕਿ ਉੱਥੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਸ਼੍ਰੀਵਾਸ ਪਾਈ ਦੇ ਨਾਲ ਗੱਲ ਕੀਤੀ ਸੀ ਕਿ ਸਾਡਾ ਖਿਆਲ ਰੱਖਿਆ ਜਾਵੇ ਪਤਾ ਨਹੀਂ ਮੈਂ ਮੁੜ ਆਪਣੀ ਧਰਤੀ ਤੇ ਆਉਣਾ ਜਾਂ ਨਹੀਂ ਆਉਣਾ ਮਤਲਬ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਬਿਮਾਰ ਸਨ ਤੇ ਬਿਮਾਰ ਬੰਦਾ ਕਈ ਤਰ੍ਹਾਂ ਦੀਆਂ ਗੱਲਾਂ ਤੇ ਗੌਰ ਕਰਦਾ ਕਈ ਇੱਕ ਤਰ੍ਹਾਂ ਦੇ ਉਹਦੇ ਮਨ ਦੇ ਵਿੱਚ ਖਿਆਲ ਆਉਂਦੇ ਨੇ ਮਾਲਵਿੰਦਰ ਸਿੰਘ ਮਾਲੀ ਹੋਣੀ ਇਸ ਪਹਿਲੂ ਤੇ ਵੀ ਆਪਣਾ ਪੱਖ ਰੱਖਦੇ ਨੇ ਜੋ ਉਹਨਾਂ ਦੇ ਨਾਲ ਜਥੇਦਾਰ ਗੁਰਚਨ ਸਿੰਘ ਤੌੜਾ ਹਨ ਨੇ ਕੀ ਸਾਂਝਾ ਕਰਨਾ ਉਹ ਜ਼ਨੀ ਮਾਲਵਿੰਦਰ ਮਾਲੀ ਤੇ ਜਥੇ ਦਾ ਗੁਰਚੰਦ ਸਿੰਘ ਟੋੜਾ ਦਿੱਲੀ ਵਿਖੇ ਇਕੱਠੇ ਸਨ ਉਦੋਂ ਬਾਦਲ ਸਾਹਿਬ ਬਾਹਰ ਸੀ ਸ਼ਾਇਦ ਬਿਮਾਰ ਸੀ ਅਚਾਨਕ ਮਤਲਬ ਬਿਲਕੁਲ ਤਿਆਰੀ ਸੀ ਚੰਦੂ ਮਾਜਰੇ ਦੀ ਤੇ ਸੁਖਵੀਰ ਸਿੰਘ ਬਾਦਲ ਦਾ ਨਾਂ ਆ ਗਿਆ ਮਤਲਬ ਚੰਦੂ ਮਾਜਰਾ ਸੀ ਜਿਹੜਾ ਉਹ ਕੱਟ ਹੋਇਆ ਜੀ ਤੇ ਬਾਦਲ ਟੋੜਾ ਸਾਹਿਬ ਸੌ ਚੱਕਣ ਸਮਾਗਮ ਚ ਤਾਂ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਮੇਰੇ ਨਾਲ ਵੀ ਧੋਖਾ ਹੋਇਆ ਸੌ ਤੁੱਕ ਸਮਾਗਮ ਖਤਮ ਹੋਇਆ ਚਾਹ ਪੀਣ ਵਾਲੇ ਪਾਸੇ ਤੁੰੜ ਨਹੀਂ ਤਾਂ ਸਿੱਧਾ ਆਪਣੀ ਕੋਠੀ ਆਏ ਬੜੇ ਗੁੱਸੇ ਚ ਸੀ ਬਹੁਤ ਸਖਤ ਸ਼ਬਦ ਵਰਤੇ ਉਹਨਾਂ ਨੇ ਇਸ ਗੱਲ ਕਰਕੇ ਇੰਜੇ ਗੱਲਾਂ ਉਹਨਾਂ ਨਾਲ ਪੈਰ ਪੈਰ ਤੇ ਗੱਲ ਹੋਈ ਆ ਫਿਰ ਮੁੜ ਕੇ ਬਾਜਪਾਈ ਨੇ ਕਿਹਾ ਜੀ ਅਸੀਂ ਕੀ ਕਰੀਏ ਜੀ ਸਾਨੂੰ ਤਾਂ ਬਾਰ ਬਾਰ ਫੋਨ ਆਈ ਜਾਂਦਾ ਵੀ ਮੈਂ ਪਤਾ ਨਹੀਂ ਇੱਥੇ ਆ ਸਕੂ ਪਤਾ ਨਹੀਂ ਨਹੀਂ ਆ ਸਕੂ ਪੰਜਾਬ ਚ ਬੜੀ ਗੰਭੀਰ ਬਿਮਾਰੀ ਆ ਜੀ ਫਿਰ ਇਹੀ ਦੀ ਹਾਲਤ ਸੀ ਪਾਰਟੀ ਪ੍ਰਧਾਨ ਆ ਸਾਨੂੰ ਔਖਾ ਮੁਸ਼ਕਿਲ ਹੋ ਗਿਆ ਲੋ ਫਿਰ ਠੰਡਟਣੋਂ ਰਬਤ ਗਿਆ ਜ세ਦਾਰ ਗੁਰਚੰਦ ਸਿੰਘ ਟੋੜਾ ਜਿਹੜੀ वाजਪਾਈ ਦੀ ਸਰਕਾਰ ਬਣੀ ਉਹਦੇ ਚ ਕਹਿੰਦੇ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਸਮਰਥਨ ਕਰੇਗਾ ਹਮਾਇਤ ਕਰੇਗਾ ਤਾਂ ਸ਼ਰਤਾਂ ਦੇ ਨਾਲ ਹਮਾਇਤ ਹੋਏਗੀ ਕਿ ਨਵੇੜੇ ਤਾਂ ਹੀ ਹੋਣੇ ਕਿਉਂਕਿ ਹੁਣ ਤੱਕ ਸੈਂਟਰ ਸਰਕਾਰਾਂ ਨੇ ਪੰਜਾਬ ਨੂੰ ਠੱਗਿਆ ਹੀ ਆ ਪੰਜਾਬ ਦੇ ਨਾਲ ਧੋਖੇ ਕੀਤੇ ਨੇ ਵਫਾਦਾਰੀਆਂ ਨਹੀਂ ਨੰਭਾਈਆਂ ਗਈਆਂ ਜੋ ਵਾਅਦੇ ਕੀਤੇ ਉਸ ਤੋਂ ਸੈਂਟਰ ਸਰਕਾਰ ਹਰ ਪਲ ਮੁੱਕਰਦੀ ਰਹੀ ਹਰ ਪਲ ਭੱਜਦੀ ਰਹੀ 1947 ਲੈ ਕੇ ਹੁਣ ਤੱਕ ਇਸ ਕਰਕੇ ਜਥੇਦਕਰ ਗੁਰਚੰਦ ਸਿੰਘ ਟੋੜਾ ਚਾਹੁੰਦੇ ਸੀ ਕਿ ਸੈਂਟਰ ਦੇ ਨਾਲ ਪਹਿਲਾਂ ਲਿਖਤੀ ਤੌਰ ਤੇ ਸ਼ਰਤਾਂ ਰੱਖੀਆਂ ਜਾਣ ਤੇ ਜੇ ਉਹ ਸ਼ਰਤਾਂ ਪੂਰੀਆਂ ਕਰਦੇ ਨੇ ਤੇ ਗੱਲ ਫੇਰ ਹੀ ਪੁੱਗਣੀ ਆ ਉਹ ਚਾਹੁੰਦੇ ਸੀ ਕਿ ਜਿਹੜੇ ਚੰਡੀਗੜ੍ਹ ਉਹ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਇਹ ਆਰਜੀ ਤੌਰ ਤੇ ਹੀ ਹਰਿਆਣੇ ਨੂੰ ਰਾਜਧਾਨੀ ਸਾਂਝੀ ਤੌਰ ਤੇ ਲਾਇਆ ਬਣਾ ਕੇ ਦਿੱਤੀ ਗਈ ਸੀ ਕਿ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਜਦ ਕਿ 25 ਜਨਵਰੀ 1985 ਨੂੰ ਤੇ ਫੈਸਲਾ ਹੋ ਗਿਆ ਸੀ ਸਿਧਾਂਤਕ ਤੌਰ ਤੇ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦੇਣਾ ਚਾਹੀਦਾ ਏਕਮੁਖ ਤੌਰ ਤੇ ਸ਼ਰਤ ਦਾ ਪਹਿਲਾ ਹਿੱਸਾ ਨਾਲ ਰਜੀਵ ਗਾਂਧੀ ਲੋਂਗੋਵਾਲ ਜਿਹੜਾ ਹੋਇਆ ਸੀ ਅਕੋਰਡ ਉਹਦੇ ਤਹਿਤ ਜਿੰਨੀਆਂ ਵੀ ਮੰਗਾਂ ਨੇ ਉਹ ਪ੍ਰਵਾਨ ਕੀਤੀਆਂ ਨੇ ਮਨਜ਼ੂਰ ਕੀਤੀਆਂ ਜਾਣ ਐਸਵਾਈਲ ਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ ਤੇ ਗੌਰ ਕਰੇ ਸੈਂਟਰਲ ਸਰਕਾਰ ਕਿਉਂਕਿ ਐਸਵਾਈਲ ਦਾ ਜਿਹੜਾ ਮਸਲਾ ਉਹ ਅਦਾਲਤ ਦੇ ਵਿਚਾਰ ਅਧੀਨ ਚਲਾ ਗਿਆ ਸੀ ਪਰ ਇਸ ਮਸਲੇ ਤੇ ਵੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਬਿਨਾਂ ਸ਼ਰਤ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਇਹ ਹਮਾਇਤ ਦੇ ਦਿੱਤੀ ਸੀ ਜਿਸ ਕਰਕੇ ਪੰਜਾਬ ਦੀਆਂ ਜਿਹੜੀਆਂ ਪੱਕ ਦੇ ਮਸਲੇ ਦੁਰਪੇਸ਼ ਮੁਸ਼ਕਲਾਂ ਜਾਂ ਜਿਹੜੀਆਂ ਜਾਇਜ਼ ਮੰਗਾ ਸਨ ਉਹਨਾਂ ਤੇ ਬੂਰ ਨਹੀਂ ਪਿਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਉਸ ਸਮੇਂ ਜਦ ਸੈਂਟਰ ਦੇ ਵਿੱਚ ਸਰਕਾਰ ਬਣ ਗਈ ਸ਼੍ਰੋਮਣੀ ਕਾਲੀ ਦਲ ਬਿਨਾਂ ਸ਼ਰਤ ਭਾਈਵਾਲ ਬਣ ਗਿਆ ਤੇ ਫਿਰ ਕਾਲੀ ਇਹ ਕਹਿਣ ਲੱਗ ਪਏ ਕਿ ਸਰਕਾਰ ਚ ਰਹਿਣਾ ਚਾਹੀਦਾਗਾ ਸਰਕਾਰ ਬਣ ਗਈ ਗਿਆ ਮੰਗਾਂ ਬਾਅਦ ਦੇ ਵਿੱਚ ਮਨਾਈਆਂ ਜਾਣ ਗਿਆ ਹੁਣ ਮਾਲਵਿੰਦਰ ਸਿੰਘ ਮਾਲੀ ਹੁਣੀ ਕਹਿੰਦੇ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਬਹੁਤ ਫਿਕਰਮੰਦ ਸੀ ਉਹ ਅੱਜ ਦੇ ਹਾਲਾਤ ਦੇ ਵਿੱਚ ਇਹ ਦਲੀਲ ਦਿੰਦੇ ਨੇ ਕਿ ਜਿਹੜਾ ਜੰਮੂ ਕਸ਼ਮੀਰ ਨੂੰ 370 ਤੋੜ ਕੇ ਇੱਕ ਸਟੇਟ ਤੋਂ ਇੱਕ ਯੂਟੀ ਬਣਾ ਦਿੱਤਾ ਗਿਆ ਤੇ ਅੱਜ ਅਗਰ ਜਥੇਦਾਰ ਗੁਰਚੰਦ ਸਿੰਘ ਟੋੜਾ ਜੀਉਂਦੇ ਹੁੰਦੇ ਤਾਂ ਕਿਸੇ ਵੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ਦੇ ਵਿੱਚ 370 ਦੀ ਹਮਾਇਤ ਨਹੀਂ ਕਰਨੀ ਸੀ ਕਿਉਂਕਿ ਉਹਨਾਂ ਨੇ ਡਟ ਕੇ ਖਲੋ ਜਾਣਾ ਸੀ ਇਹ ਜਥੇਦਾਰ ਗੁਰਚਨ ਸਿੰਘ ਟੋੜਾ ਹੋਣੇ ਦੀ ਖਾਸियत ਸੀ ਕਿ ਉਹ ਜਾਣਦੇ ਸੀ ਪੰਜਾਬ ਦੇ ਹਿੱਤ ਜਾਂ ਜਿਹੜਾ ਫੈਡਰਲਿਜ਼ਮ ਢਾਂਚਾ ਉਹਦੀ ਹਮੇਸ਼ਾ ਉਹਨਾਂ ਨੇ ਹਮਾਇਤ ਕੀਤੀ ਸੀ ਪਰ ਉਹਨਾਂ ਦੀ ਉਸ ਮੌਕੇ ਨਹੀਂ ਚੱਲੀ ਸੀ ਬਿਨਾਂ ਸ਼ਰਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਕੀਤੀ ਉਹਦਾ ਬਾਅਦ ਚ ਨੁਕਸਾਨ ਵੀ ਹੋਇਆ ਮੰਗਾ ਪ੍ਰਵਾਨ ਨਹੀਂ ਹੋਈਆਂ ਜਿਹੜੀਆਂ ਮੰਗਾਂ ਨੇ ਪੰਜਾਬ ਦੀਆਂ ਚਾਹੇ ਉਹ ਚੰਡੀਗੜ੍ਹ ਦੀ ਗੱਲ ਹੋਵੇ ਕਿਉਂਕਿ ਇੱਕ ਵਾਰ ਸਿਧਾਂਤਕ ਤੌਰ ਤੇ ਲਿਖਤੀਏ ਤੈ ਹੋ ਚੁੱਕਿਆ ਸੀ 26 ਤਰੀਕ ਨੂੰ ਚੰਡੀਗੜ੍ਹ ਪੰਜਾਬ ਦਾ ਹੋਊਗਾ ਸਮਝਾ ਤਾਂ ਵਕਤੀ ਤੌਰ ਤੇ ਸੀ ਇਹ ਗੱਲ ਮਨਾਉਣ ਖਾਤਰ ਉਹ ਬੜਾ ਸਖਤ ਸੀ ਉਹਨਾਂ ਨੇ ਇਹ ਸੀ ਵੀ ਇਹ ਹੋ ਸਕਦਾ ਦੂਜੀਆਂ ਗੱਲਾਂ ਜਿਹੜੀਆਂ ਰਜੀਵ ਲੋਂਗੋਵਾਲ ਸਮਝੌਤੇ ਦੇ ਵਿੱਚ ਐਸਵਾਈਐਲ ਤੋਂ ਬਿਨਾ ਬਾਕੀ ਸਾਰੀਆਂ ਛੱਡਤੀਆਂ ਉਹ ਕਹਿੰਦੇ ਸੀ ਉਹਨਾਂ ਦਾ ਨਫਟਾਰਾ ਕਰੋ ਅਸਲੀ ਤੌਰ ਤੇ ਉਹਨਾਂ ਨੂੰ ਸਿਰੇ ਲਾਓ ਜਿਹੜੀਆਂ ਮੰਨੀ ਹੋਈਆਂ ਗੱਲਾਂ ਸੀ ਜਿਹੜੀ ਗੱਲ ਪੰਜਾਬ ਦੇ ਉਲਟ ਜਾਂਦੀ ਸੀ ਪਾਣੀ ਵਾਲੀ ਉਹ ਲਾਗੂ ਕਰਾਤੀ ਉਹ ਤੇ ਕੈਮਰੇ ਬਾਕੀ ਸਾਰਿਆਂ ਤੂੰ ਬੁੱਕਰ ਕੇ ਤੇ ਉਹ ਕਾਂਗਰਸ ਵੇਲੇ ਵੀ ਮੰਨੀ ਹੋਈਆਂ ਸੀ ਭਾਰਤੀ ਜਨਤਾ ਪਾਰਟੀ ਨੂੰ ਉਹ ਲਾਗੂ ਕਰਨੀ ਪੈਣੀ ਸੀ ਪਰ ਜਦੋਂ ਏਜੰਡੀ ਇਹ ਆ ਗਿਆ ਸਰਕਾਰ ਬਣਾਉਣੀ ਹੈ ਤੇ ਚਲਾਉਣੀ ਆ ਇੱਕ ਖਾਲਸਾਤਾਨ ਵਾਲੇ ਪਾਸੇ ਤੁਰ ਗਏ ਇੱਕ ਸਰਕਾਰ ਬਣਾਉਣ ਤੇ ਚਲਾਉਣ ਨਾਲ ਪਾਸੇ ਤੁਰ ਪੇ ਸੱਟਾ ਕੀ ਨਿਕਲਿਆ ਜੰਮੂ ਕਸ਼ਮੀਰ ਦੀ ਹੋਂਦ ਖਤਮ ਚ ਟੋੜਾ ਸਾਹਿਬ ਹੈ ਨਹੀਂ ਜੇ ਉਹ ਕਿਤੇ ਹੁੰਦੇ ਉਹਦੇ ਹੱਕ ਤੇ ਵੋਟ ਨਹੀਂ ਪਾ ਸਕਦੇ ਸੀ ਇਹ ਮੈਂ ਤੁਹਾਨੂੰ ਮਾਲਵਿੰਦਰ ਸਿੰਘ ਮਾਲੀ ਉਹ ਨਹੀਂ ਦੱਸਦੇ ਕਿ ਜਸਦਾ ਗੁਰਚੰਦ ਸਿੰਘ ਟੋੜਾ ਨਹੀਂ ਸਾਫ਼ ਤੇ ਸਪਸ਼ਟ ਬੋਲਦੇ ਸਨ ਉਹਨਾਂ ਦੇ ਵਿੱਚ ਕੋਈ ਵੱਲਬਲੇਵਾ ਨਹੀਂ ਸੀ ਔਰ ਕਹਿੰਦੇ ਉਹ ਅਕਸਰ ਹੀ ਇੱਕ ਸ਼ੇਅਰ ਬਹੁਤ ਅੱਛੀ ਤਰ੍ਹਾਂ ਬੋਲਦੇ ਸੀ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਏਕਤਾ ਦੀ ਗੱਲ ਹੁੰਦੀ ਜਾਂ ਕੋਈ ਫਰਕ ਪੈਂਦਾ ਸੀ ਤਾਂ ਉਹ ਅਕਸਰ ਕਹਿੰਦੇ ਸੀ ਕੀ ਮਿਲੇ ਕਿਹੋ ਜੇ ਮਿਲੇ ਮਿਲੇ ਨਾ ਮਿਲੇ ਇਹੋ ਜਿਹਾ ਉਹਨੇ ਸ਼ੇਅਰ ਦੇ ਨਾਲ ਹੀ ਉਹ ਆਪਣਾ ਸਬੋਧਨ ਕਰਦੇ ਸੀ ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਉਹ ਇਹ ਵੀ ਕਹਿੰਦੇ ਨੇ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਸਦਾ ਗੁਰਚੰਦ ਸਿੰਘ ਟੋੜਾ ਦੀ ਲੋਡ ਹੁੰਦੀ ਸੀ ਜਦੋਂ ਸੱਤਾ ਤੇ ਕਬਜ਼ਾ ਕਰਨਾ ਹੁੰਦਾ ਤੇ ਉਹ ਇਕੱਠੇ ਹੋ ਜਾਂਦੇ ਸੀ ਤੇ ਸੱਤਾ ਤੋਂ ਬਾਅਦ ਦੋਨਾਂ ਦੇ ਵਿੱਚ ਫਰਕ ਪਾਇਆ ਜਾਂਦਾ ਸੀ ਇਹ ਇਦਾਂ ਦੀ ਇਹਨਾਂ ਦੋਨਾਂ ਦੀ ਸਿਆਸਤ ਸੀ ਕਿਉਂ ਫਰਕ ਪਾਇਆ ਜਾਂਦਾ ਸੀ ਕਿਉਂਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਚਾਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਫਿਰ ਸਰਕਾਰ ਨਿਗਰਾਨੀ ਬੜੀ ਸਖਤ ਸੁਭਾਅ ਦੇ ਨਾਲ ਰੱਖਦੇ ਸੀ ਇਸ ਕਰਕੇ ਬਹੁਤ ਸਾਰਾ ਜਿਹੜਾ ਬਾਦਲ ਧੜਾ ਸੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਉਹ ਸ਼ਾਇਦ ਇਸੇ ਕਰਕੇ ਜਥੇਦਾਰ ਗੁਰਚੰਦ ਸਿੰਘ ਟੋੜਾ ਜਾਂ ਉਸ ਦੇ ਧੜੇ ਨੂੰ ਥੋੜਾ ਜਆ ਅੱਖੋ ਉਹਲੇ ਰੱਖਦੇ ਸਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੀ ਮਾਲਵਿੰਦਰ ਸਿੰਘ ਮਾਲੀ ਹੋਣੀ ਦੱਸਦੇ ਨਹੀਂ ਕਿ ਜੇ ਇੱਕ ਸਮਾਂ ਆ ਗਿਆ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਇਹ ਮੰਨ ਗਏ ਸੀ ਚੌਧਰੀ ਦੇਵੀ لال ਜੋ ਉਸ ਸਮੇਂ ਹਰਿਆਣੇ ਦੇ ਮੁੱਖ ਮੰਤਰੀ ਸਨ ਕਿ ਸੱਤੂਲ ਜਮਨਾਲ ਦੀ ਲਹਿਰ ਦਾ ਟੱਕ ਲਗਾਉਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਹਮੈਤ ਕਰ ਦਿੱਤੀ ਸੀ ਲੇਕਿਨ ਉਸ ਸਮੇਂ ਜਿਹੜਾ ਸਟੈਂਡ ਲੱਲਿਆ ਗੁਰਚਨ ਸਿੰਘ ਟੋੜਾ ਨੇ ਗੁਰਚਨ ਸਿੰਘ ਟੋੜਾ ਕਰਕੇ ਹੀ ਐਸਵਾਈਲ ਪੰਜਾਬ ਚ ਉਦੋਂ ਨਹੀਂ ਰੁਕੀ ਸੀ ਨਹੀਂ ਤੇ ਉਦੋਂ ਹੀ ਇਹਦੀ ਸ਼ੁਰੂਆਤ ਹੋ ਜਾਣੀ ਸੀ ਕੁਕਲੇ ਜਥੇਦਾਰ ਗੁਰਚੰਦ ਸਿੰਘ ਟੋੜਾ ਨੂੰ ਪੰਜਾਬ ਪਿਆਰਾ ਸੀ ਪੰਜਾਬ ਦੇ ਹਿੱਤ ਪਿਆਰੇ ਸੀ ਇਸ ਕਰਕੇ ਉਹ ਨਹੀਂ ਚਾਹੁੰਦੇ ਸੀ ਕਿ ਐਸਆਈਐਲ ਦਾ ਟੱਕ ਲਗੇ ਤੇ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲੂ ਵੀ ਬਾਅਦ ਦੇ ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਵਿਰੋਧ ਦੇ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਉਣਾ ਪਿਆ ਔਰ ਕੇਸ ਪਾਇਆ ਵੀ ਫਿਰ ਉਸ ਸਮੇਂ ਸ਼ਰੂਮ निकाली ਦਲਜੀ ਸਰਕਾਰ ਨੇ ਲੇਕਿਨ ਜਦੋਂ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਬਣ ਗਈ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੇ ਦਬਾਅ ਪਾ ਕੇ ਜਿਹੜਾ ਪੰਜਾਬ ਸਰਕਾਰ ਨੇ ਕੇਸ ਪਾਇਆ ਸੀ ਉਹ ਕੇਸ ਵਾਪਸ ਲੈ ਲਿਆ ਜਿਸ ਕਰਕੇ ਅੱਜ ਵੀ ਅਸੀਂ ਜਿਹੜਾ ਸਤਲੁਜ ਜਮਣਾ ਲਈ ਕਲੇਰ ਦਾ ਜਿਹੜਾ ਮਸਲਾ ਪੰਜਾਬ ਵਾਸਤੇ ਸਿਰਦਰਦ ਦੀ ਬਣਿਆ ਕਿਉਂਕਿ ਪੰਜਾਬ ਕੋ ਪਾਣੀ ਤਾਂ ਹੈ ਨਹੀਂ ਲੇਕਿਨ ਦਿੱਲੀ ਵੀ ਪਾਣੀ ਮੰਗਦਾ ਹਰਿਆਣਾ ਵੀ ਪਾਣੀ ਮੰਗਦਾ ਰਾਜਸਥਾਨ ਵੀ ਪਾਣੀ ਮੰਗਦਾ ਹੈਗਾ ਤੇ ਜੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਟੈਂਡ ਲੈ ਲੈਂਦੇ ਗੱਲ ਹੋਰ ਹੁੰਦੀ ਸੀ ਜੇ ਦਰਬਾਰਤ ਸਿੰਘ ਕਾਂਗਰਸ ਮੁੱਖ ਮੰਤਰੀ ਇਦਰਾ ਗਾਂਧੀ ਨੂੰ ਅੱਖਾਂ ਦਿਖਾ ਦਿੰਦੇ ਚਾਹੇ ਉਹਨਾਂ ਦੀ ਕੁਰਸੀ ਚਲੀ ਜਾਂਦੀ ਲੇਕਿਨ ਸ਼ਾਇਦ ਪੰਜਾਬ ਦੀ ਜਨਤਾ ਵੀ ਉਹਨਾਂ ਨੂੰ ਯਾਦ ਕਰਦੀ ਪਰ ਕੋਈ ਨਾ ਕੋਈ ਕਿਸੇ ਨੇ ਵੀ ਕੁਰਸੀ ਦੀ ਬਲੀ ਨਹੀਂ ਦਿੱਤੀ ਹਮੇਸ਼ਾ ਕੁਰਸੀ ਨੂੰ ਪੈਲ ਦਿੱਤੀ ਟੋੜਾ ਸਾਹਿਬ ਇੱਕ ਸ਼ੇਅਰ ਬੋਲਦੇ ਹੁੰਦੇ ਸੀ ਕਿ ਮਿਲੇ ਕਹੇ ਜੇ ਮਿਲੇ ਨਾ ਮਿਲੇ ਏਕਤਾ ਤੋਂ ਬਾਅਦ ਨਾ ਜਿਵੇਂ ਚੱਲ ਪੈਂਦੀ ਗੱਲ ਹੁਣ ਫਿਰ ਜੇ ਏਕਤਾ ਤੋੜਦੇ ਆ ਫਿਰ ਉਹਨਾਂ ਤੇ ਵੱਡੀ ਜਦੋਂ ਤੱਕ ਸੱਤਾ ਤੱਕ ਪਹੁੰਚਣਾ ਹੁੰਦਾ ਉਦੋਂ ਟੋੜਾ ਸਾਹਿਬ ਨਾਲ ਇੱਕ ਜੁੱਟ ਨੇ ਜਦੋਂ ਸੱਤਾ ਹਾਸਲ ਹੋ ਗਈ ਨਾਲ ਦੀ ਨਾਲ ਸਿਮਰਿੰਗ ਸ਼ੁਰੂ ਹੋ ਗਈ ਕਿਉਂਕਿ ਨਿਗਰਾਨੀ ਬਹੁਤ ਸਖਤ ਰੱਖਦੇ ਸੀ ਉਹ ਉਹਨਾਂ ਨੂੰ ਸਭ ਪਤਾ ਹੁੰਦਾ ਸੀ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਗੱਲ ਚਾਹੇ ਰਿਕਾਰਡ ਚ ਆਈ ਹੋਈ ਆ ਬਾਦਲ ਸਾਹਿਬ ਤਾਂ ਮੰਨ ਗਏ ਸੀ ਦੇਵੀ ਲਾਲ ਨਾਲ ਐਸਵੀਐਲ ਦਾ ਟੱਕ ਲਾਉਣ ਤੇ ਉਹ ਤਾਂ ਆ ਕੇ ਟੋੜਾ ਸਾਹਿਬ ਨੇ ਜਦੋਂ ਦਬਾਅ ਪਾਇਆ ਤਾਂ ਪਿੱਛੇ ਹਟੇ ਟੋੜਾ ਸਾਹਿਬ ਨੇ ਦਬਾਅ ਪਾ ਕੇ ਸੁਪਰੀਮ ਕੋਰਟ ਚ ਚੈਲੰਜ ਕਰਵਾਇਆ ਸੀ ਜਿਹੜਾ ਮੁੜ ਕੇ ਦਰਵਾਰਾ ਸਾਹਿਬ ਆ ਜਿਹੜਾ ਦਰਵਾਰ ਸਿੰਘ ਮੰਤਰੀ ਨੇ ਉਹ ਕੇਸ ਵਾਪਸ ਲੈ ਲਿਆ ਸੀ ਉਮੀਦ ਕਰਦੇ ਹਾਂ ਕਿ ਇਹ ਵਾਲਾ ਜਿਹੜਾ ਕਿੱਸਾ ਸਿਆਸੀ ਇਹ ਵੀ ਤੁਹਾਨੂੰ ਜ਼ਰੂਰ ਪਸੰਦ ਆਏਗਾ ਔਰ ਅਸੀਂ ਵਾਰ-ਵਾਰ ਇਹ ਅਪੀਲ ਕਰਦੇ ਕਿ ਹਰ ਰੋਜ਼ ਅਸੀਂ ਇੱਕ ਸਿਆਸੀ ਕਿੱਸਾ ਨਵੇਂ ਪਹਿਲੂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਜੇ ਤੁਹਾਡੇ ਕੋਲ ਵੀ ਕੋਈ ਅਜਿਹੀ ਜਾਣਕਾਰੀ ਹੈ ਤਾਂ ਸਾਡੇ ਨਾਲ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ ਸਾਨੂੰ ਸੁਨੇਹੇ ਭੇਜ ਸਕਦੇ ਹੋ ਭਲਕੇ ਅਸੀਂ ਗੱਲ ਕਰਾਂਗੇ ਕਿ ਆਖਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾਂ ਦੀ ਸ਼੍ਰੀਕਾਲਤਕ ਸਾਹਿਬ ਦੇ ਜਥੇਦਾਰ ਨੂੰ ਕਿਉਂ ਸ਼ਿਕਾਇਤ ਕੀਤੀ ਕੀ ਜਥੇਦਾਰ ਗੁਰਚੰਦ ਸਿੰਘ ਟੋੜਾ ਨੂੰ ਗਮਰਾਹ ਕਰਕੇ ਨਰੰਗਕਾਰੀਆਂ ਦੇ ਪ੍ਰੋਗਰਾਮ ਚ ਲੈ ਕੇ ਗਏ ਸੀ ਤੇ ਕੀ ਫਿਰ ਨਰੰਗਕਾਰੀਆਂ ਦੇ ਮਾਦੀਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਕਿਸ ਚੋਣ ਦੇ ਵਿੱਚ ਨਰੰਗਕਾਰੀਆਂ ਦੇ ਪ੍ਰੋਗਰਾਮ ਚ ਗਏ ਸੀ ਤੇ ਕੌਣ ਉਹਨਾਂ ਨੂੰ ਗੁੰਮਰਾਹ ਕਰਕੇ ਲੈ ਕੇ ਗਏ ਸਨ ਤੇ ਉਸ ਸਮੇਂ ਗੁੰਮਰਾਹ ਕਰਕੇ ਲੈ ਕੇ ਗਏ ਸਨ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਨਰੰਗਕਾਰੀਆਂ ਦੇ ਖਿਲਾਫ ਹੁਕਮਨਾਮਾ جاری ਹੋਇਆ ਸੀ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇ ਦਰੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ